ਹਾਂਜੀ YouTube ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਵੀਰਵਾਰ 16 April 2020 ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਤੇ ਉਮੀਦ ਕਰਦੇ ਹਾਂ ਵੀ ਵੀਡੀਓ ਅੰਤ ਤੱਕ ਦੇਖੋਗੇ ਤਾਂ ਕਿ ਤੁਹਾਨੂੰ ਜਿਹੜੀ ਸਾਰੀਆਂ ਖਬਰਾਂ ਦੀ ਜਾਣਕਾਰੀ ਮਿਲ ਸਕੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਬੇਨਤੀ ਹੈ ਵੀ ਜਿਹੜੇ ਨਵੇਂ ਵੀਰ ਭੈਣ ਇਸ ਚੈਨਲ ਤੇ ਆਏ ਹਨ ਉਹ ਜਲਦੀ ਨਾਲ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਕ ਕੇ ਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਬ ਦੇਣ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਖਬਰਾਂ ਦੀ ਸੂਚਨਾ ਤੁਹਾਨੂੰ ਤੁਰੰਤ ਮਿਲ ਸਕੇ ਪਹਿਲਾਂ ਝਲਕ ਮਾਰਦੇ ਹਾਂ ਜੀ ਕੁਝ ਵਿਦੇਸ਼ੀ ਖਬਰਾਂ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪਹਿਲੀ ਖਬਰ ਆ ਰਹੀ ਹੈ ਜੀ ਨਿਊਯਾਰਕ ਤੋਂ ਨਿਊਯਾਰਕ ਵਿੱਚ ਤਕਰੀਬਨ 5 ਤੋਂ 10 ਅਰਬ ਡਾਲਰ ਦਾ ਹੋਇਆ ਨੁਕਸਾਨ ਮੇਅਰ ਵੱਜੋਂ ਇਹ ਦੱਸਿਆ ਗਿਆ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਮਹਾਮਾਰੀ ਦੌਰਾਨ ਚੀਨ ਨੇ ਸ਼ੁਰੂ ਕੀਤਾ ਨਸਲੀ ਭੇਦਭਾਵ ਕਾਲੇ ਲੋਕਾਂ ਨੂੰ ਜਬਰੀ ਕੀਤਾ ਗਿਆ ਕਵਾਰੰਟਾਈਨ ਅਗਲੀ ਵੱਡੀ ਖਬਰ ਹੈ ਜੀ ਜਰਮਨੀ ਵਿੱਚ 3 ਮਈ ਤੱਕ ਜਿਹੜਾ ਕਿ ਵਧ ਸਕਦਾ ਹੈ ਲੋਕਡਾਊਨ ਦੀ ਮਿਆਦ ਸੂਤਰਾਂ ਮੁਤਾਬਕੇ ਜਾਣਕਾਰੀ ਮਿਲੀ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਨਹੀਂ ਰੁਕ ਰਿਹਾ ਮਹਾਮਾਰੀ ਦਾ ਕਹਿਰ 20 ਲੱਖ ਤੋਂ ਉੱਪਰ ਜਿਹੜੀ ਕਿ ਟੱਪੀ ਪੀੜਤਾਂ ਦੀ ਗਿਣਤੀ ਸਾਰੇ ਹੀ ਸੰਸਾਰ ਵਿੱਚ ਅਗਲੀ ਵੱਡੀ ਖ਼ਬਰ ਆ ਰਹੀ ਹੈ ਜੀ ਹੁਣ ਪੰਜਾਬ ਤੋਂ ਪੰਜਾਬ ਵਿੱਚ ਮਾਮਲਿਆਂ ਦੀ ਜਿਹੜੀ ਕਿ ਲਗਾਤਾਰ ਗਿਣਤੀ ਵੱਧ ਰਹੀ ਹੈ ਹੁਣ ਹੋ ਗਈ 191 ਪਟਿਆਲਾ ਵਿੱਚ ਵੀ ਤਿੰਨ ਨਵੇਂ ਮਾਮਲੇ ਤੇ ਪਠਾਨਕੋਟ ਵਿੱਚ ਦੋ ਹੋਰ ਨਵੇਂ ਮਾਮਲੇ ਜਿਹੜੇ ਕਿ ਦੇਖਣ ਨੂੰ ਮਿਲ ਰਹੇ ਹਨ ਜੀ ਹਾਂਜੀ ਤੁਹਾਨੂੰ ਦੱਸ ਦੇਵਾਂ ਪੰਜਾਬ ਵਿੱਚ ਬੁੱਧਵਾਰ ਨੂੰ ਯਾਨੀ ਕਿ ਪੰਜ ਨਵੇਂ ਕੇਸ ਹੋਰ ਆਏ ਹਨ ਜੀ ਪਠਾਨਕੋਟ ਵਿੱਚ ਇੱਕ ਔਰਤ ਤੇ ਇੱਕ ਪੁਰਸ਼ ਇਨਫੈਕਟਿਡ ਪਾਏ ਗਏ ਨੇ ਔਰਤ ਸੁजानਪੁਰ ਵਿੱਚ ਜਿਹੜੀ ਕਿ ਇਨਫੈਕਟਿਡ ਨੌਕਰਾਨੀ ਦੇ ਸੰਪਰਕ ਵਿੱਚ ਇਸ ਤੇ ਦੂਜਾ ਵਿਅਕਤੀ ਡਰਾਈਵਰ ਆਟੋ ਡਰਾਈਵਰ ਹੈ ਜੀ ਉਧਰ ਮਹਾਲੀ ਤੇ ਜਲੰਧਰ ਵਿੱਚ ਵੀ ਟੈਸਟਿੰਗ ਦੌਰਾਨ 11 ਲੋਕ ਹੋਰ ਜਿਹੜੇ ਕਿ ਸ਼ੱਕੀ ਪਾਏ ਗਏ ਹਨ ਜੀ ਜਿਨ੍ਹਾਂ ਦੀ ਰਿਪੋਰਟ ਕੇ ਵੀਰਵਾਰ ਨੂੰ ਆਵੇਗੀ ਹੁਣ ਜੀ ਗੱਲ ਕਰੀਏ ਆਪਾਂ ਅਗਲੀ ਵੱਡੀ ਖਬਰ ਤੇ ਜਾਨੋ 20 April ਤੋਂ ਬਾਅਦ ਕਿਹੜੇ-ਕਿਹੜੇ ਕੰਮਾਂ ਵਿੱਚ ਇਜਾਜ਼ਤ ਮਿਲ ਸਕਦੀ ਹੈ ਜਿਹੜੇ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿਸ਼ਾ ਨਿਰਦੇਸ਼ ਜਾਨੀ ਕੀਤੇ ਗਏ ਹਨ ਉਸ ਬਾਰੇ ਪੂਰੀ ਲਿਸਟ ਹਾਂਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਹੀ ਦੇਸ਼ ਵਿੱਚ 3 ਮਈ ਤੱਕ ਜਿਹੜਾ ਕਿ ਲੋਕਡਾਊਨ ਵਧਾਇਆ ਗਿਆ ਸੀ ਜਿਹਦੇ ਸਬੰਧੀ ਜਿਹੜਾ ਕਿ ਹੁਣ ਨਵੀਆਂ ਗਾਈਡਲਾਈਨਸ ਜਾਰੀ ਹੋਈਆਂ ਹਨ ਜੀ ਜਿਨ੍ਹਾਂ ਵਿੱਚ ਕਿスイਮਿੰਗ ਪੂਲਸ, ਥੀਏਟਰ, ਬਾਅਰ, ਜੈਮ, ਸ਼ੋਪਿੰਗ ਮਾਲ ਉਸ ਤੋਂ ਇਲਾਵਾ ਹੋ ਗਿਆ ਸਿਨੇਮਾ ਹਾਲ ਆਦ ਜਿਹੜੇ ਕਿ ਬੰਦ ਰਹਿਣਗੇ ਇਸ ਤੋਂ ਇਲਾਵਾ ਸਾਰੀਆਂ ਵਿਦਿਅਕ ਸੰਸਥਾਵਾਂ 3 ਮਈ ਤੱਕਰ ਬੰਦ ਰਹਿਣਗੀਆਂ ਜੀ ਇਸ ਤੋਂ ਇਲਾਵਾ ਟੈਕਸੀ ਸੇਵਾਵਾਂ માં ਕੈਬ ਸੇਵਾਵਾਂ ਨੂੰ ਵੀ ਜਿਹੜੀ ਕਿ 10 ਮਈ ਤੱਕ ਕੋਈ ਵੀ ਛੋਟ ਨਹੀਂ ਮਿਲੇਗੀ ਤੇ ਹੁਣ ਗੱਲ ਕਰੀਏ ਜੀ ਹੋਰ ਜਿਹੜੀਆਂ ਕਿ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਹਨ ਜਾਣ ਤੇ ਕਥਾ ਮਤੇ ਥੁੱਕਣ ਤੇ ਲੱਗੇਗਾ ਜੀ ਜੁਰਮਾਨਾ ਡੀਐਮ ਦੀ ਇਜਾਜ਼ਤ ਨਾਲ ਹੋਣਗੇ ਧਾਰਮਿਕ ਸਿਆਸੀ ਅਤੇ ਜਿਹੜੇ ਕਿ ਸਮਾਜਿਕ ਪ੍ਰੋਗਰਾਮ ਇਸ ਤੋਂ ਇਲਾਵਾ ਲੋਹੜੀ ਦੀਆਂ ਸੇਵਾਵਾਂ ਲਈ ਜਿਹੜੀ ਕਿ ਯਾਤਰਾ ਦੀ ਮਿਲ ਸਕਦੀ ਹੈ ਇਜਾਜ਼ਤ ਮਨਰੇਗਾ ਦੇ ਜਿਹੜੇ ਕਿ ਕੰਮਾਂ ਨੂੰ ਮਿਲੇਗੀ ਇਜਾਜ਼ਤ ਪੈਟਰੋਲ ਪੰਪ ਰਹਿਣਗੇ ਖੁੱਲੇ ਇਸ ਤੋਂ ਇਲਾਵਾ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ D2H ਅਤੇ ਕੇਬਲ ਸੇਵਾਵਾਂ ਆਰ ਜਿਹੜੀਆਂ ਕਿ ਖੁੱਲੀਆਂ ਰਹਿਣਗੀਆਂ ਜੀ ਇਸ ਤੋਂ ਇਲਾਵਾ ਕੁਝ ਸ਼ਰਤਾਂ ਸਮੇਤ ਟਰੱਕਾਂ ਦੀ ਆਵਾਜਾਈ ਜਿਹੜੀ ਕਿ ਇਜਾਜ਼ਤ ਮਿਲ ਸਕਦੀ ਹੈ ਪਰ ਜਿਹੜੀ ਹਰ ਤਰ੍ਹਾਂ ਦੀ ਟਰਾਂਸਪੋਰਟ ਤੇ ਉਹ ਰੋਕ ਇਸੇ ਤਰ੍ਹਾਂ ਜਾਰੀ ਰਹੇਗੀ ਜੀ ਘਰੇਲੂ ਅਤੇ ਕਮਾਂਤਰੀ ਅਡਾਨਾਂ ਤੇ ਵੀ ਜਿਹੜੀ ਕਿ ਰੋਕ ਜਾਰੀ ਰਹੇਗੀ ਦਫ਼ਤਰੀ ਅਤੇ ਜਨਤਕ ਥਾਵਾਂ ਤੇ ਚਿਹਰਾ ਟਾਕੇ ਜਾਣਾ ਹੋਵੇਗਾ ਲਾਜ਼ਮੀ ਇਸ ਤੋਂ ਇਲਾਵਾ ਮੰਡਗਾ ਰਹਿਣਗੀਆਂ ਸਾਰੇ ਹੀ ਜਿਹੜੇ ਭਾਰਤ ਵਿੱਚ ਖੁੱਲਣਗੀਆਂ ਤਾਂ ਕਿ ਜਿਹੜੇ ਕਿ ਕਿਸਾਨ ਵਸਣਾਂ ਨੂੰ ਕੋਈ ਵੀ ਪਰੋ ਜਿਹੜੀ ਕਿ ਪ੍ਰੋਬਲਮ ਨਾ ਆ ਸਕੇ ਇਸ ਤੋਂ ਇਲਾਵਾ ਮੱਛੀ ਪਾਲਣ ਨਾਲ ਜੁੜਨਾਂ ਜਿਹੜੀਆਂ ਗਤੀਵਿਧੀਆਂ ਨੂੰ ਉਹਨਾਂ ਨੂੰ ਇਜਾਜ਼ਤ ਮਿਲੇਗੀ ਜੀ 20 April ਤੋਂ ਬਾਅਦ ਜੀ ਟਰੱਕਾਂ ਦੇ ਮਾਲ ਢੋਣ ਵਾਲੇ ਜਿਹੜੇ ਬਾਹਨਾਂ ਲਈ ਖੁੱਲ ਜਾਣਗੀਆਂ ਸੜਕਾਂ ਹਾਂਜੀ ਤੁਹਾਨੂੰ ਦੱਸ ਦਈਏ 20 April ਤੋਂ ਬਾਅਦ ਜਿਹੜੇ ਕਿ ਟਰੱਕਾਂ ਵਾਲੇ ਵੀਰ ਹਨ ਉਹਨਾਂ ਲਈ ਇੱਕ ਖੁਸ਼ਖਬਰੀ ਲਿਖੜ ਕੇ ਸਾਹਮਣੇ ਆਈ ਹੈ ਕਿਉਂਕਿ ਜਿਹੜੇ ਕੰਕਰਾਂ ਹੀ ਮਾਲ ਇਧਰ ਉਧਰ ਲਿਜਾਣ ਵਾਲੇ ਜਿਹੜੇ ਹਨ ਜਿਵੇਂ ਕਿ ਪਾਰਸਨਲ ਜਿਹੜੇ ਕਿ ਹੋਣਗੀਆਂ ਪਾਰਸਲ ਟ੍ਰੇਨਾਂ ਹੋਗੀਆਂ ਜਿਵੇਂ ਕਿ ਮਾਲ ਹਵਾ ਜੀ ਜਹਾਜ਼ ਹੋਗੇ ਇਹਨਾਂ ਦੇ ਜਿਹੜੇ ਕਿ ਬਿਨਾਂ ਰੋਕ ਟੋਕ ਦੇਸ਼ ਵਿੱਚ ਜਿਹੜੀ ਕਿ ਆਵਾਜਾਈ ਜਾਰੀ ਰਹੇਗੀ ਕਿਉਂਕਿ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਿਹੜਾ ਕਿ ਸਮਾਨ ਲੈ ਕੇ ਜਾਣਾ ਲੋੜੀ ਦਾ ਸਮਾਨ ਜਿਵੇਂ ਕਿ ਤੁਹਾਨੂੰ ਦੱਸ ਦਈਏ ਵੀ ਇਸ ਵਿੱਚ ਪੈਟਰੋਲੀਅਮ ਉਤਪਾਦ ਹੋ ਗਿਆ ਐਲ ਪੀ ਜੀ ਦਵਾਈਆਂ ਮੈਡੀਕਲ ਉਪਕਰਨ ਜਿਹੜੀਆਂ ਕਿ ਹੋਰ ਜ਼ਰੂਰੀ ਚੀਜ਼ਾਂ ਹਨ ਲਿਜਾਣ ਲਿਜਾਣ ਲਈ ਜਿਹੜੇ ਕਿ ਇਨਾਂ ਨੂੰ ਲੋਡ ਕਰਨ ਲਈ ਇਹਨਾਂ ਤੇ ਜਿਹੜੇ ਕਿ ਕੰਮ ਕਰਨ ਲਈ ਬੰਦੇ ਰੱਖੇ ਹਨ ਉਹਨਾਂ ਦੇ ਵੀ ਜਿਹੜੇ ਕਿ ਛੋਟ ਮਿਲੇਗੀ ਇਸ ਤੋਂ ਇਲਾਵਾ ਟਰੱਕਾਂ ਤੇ ਸਮਾਨ ਜਿਹੜੇ ਢੋਣ ਵਾਲੇ ਕੰਮ ਕਰਨ ਲਈ ਜਿਹੜੇ ਕਿ ਗੁੱਡਜ਼ ਕੈਰੀਅਰਾਂ ਨੂੰ ਜਿਹੜੇ ਕਿ ਹੈਲਪਰ ਨਾਲ ਲਿਜਾਉਣ ਦੀ ਇਜਾਜ਼ਤ ਮਿਲੇਗੀ ਡਰਾਈਵਰ ਨੂੰ ਇਸ ਤੋਂ ਇਲਾਵਾ ਸਮਾਨ ਲਾਉਣ ਦੇ ਬਾਅਦ ਖਾਲੀ ਟਰੱਕ ਵਾਪਸ ਜਿਹੜੇ ਕਿ ਸੜਕਾਂ ਤੇ ਆ ਜਾ ਸਕਣਗੇ ਜੀ ਇਹ ਵੱਡੀ ਸਹੂਲਤ ਦਿੱਤੀ ਗਈ ਹੈ ਟਰੱਕ ਵਾਲੇ ਜਿਹੜੇ ਕਿ ਵੀਰ ਭੈਣ ਹਨ ਉਹਨਾਂ ਲਈ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਜੀ ਸਾਰੀਆਂ ਹੀ ਸੂਬਾ ਸਰਕਾਰਾਂ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਸਮਾਜਿਕ ਦੂਰੀ ਜਿਵੇਂ ਕਿ ਸਰੀਰਕ ਦੂਰੀ ਅਤੇ ਹੋਰ ਨਿਯਮਾਂ ਦੀ ਜਿਹੜੀ ਕਿ ਇਹਨਾਂ ਡਰਾਈਵਰਾਂ ਨੂੰ ਪਾਲਣਾ ਕਰਨੀ ਹੋਵੇਗੀ ਤੇ ਇਸ ਤੋਂ ਇਲਾਵਾ ਜੀ ਮਹਾਮਾਰੀ ਬੈਸ ਦੇ ਚੱਲਦੇ ਹੋਏ ਦੇਸ਼ ਦੇ ਜਿਹੜੇ ਕਿ 170 ਹੌਟਸਪੌਟ ਜ਼ਿਲ੍ਹੇ ਐਲਾਨੇ ਗਏ ਹਨ 207 ਨਾਨ ਹੌਟਸਪੌਟ ਜ਼ਿਲ੍ਹੇ ਐਲਾਨੇ ਗਏ ਹਨ ਜੀ ਦੇਸ਼ ਵਿੱਚ ਮਹਾਮਾਰੀ ਵਾਇਰਸ ਨਾਲ ਨਿਯੇਠਣ ਅਤੇ ਲੋਕਡਾਊਨ ਦੀ ਸਥਿਤੀ ਨੂੰ ਲੈ ਕੇ ਕੱਲ ਜਾਨਕਿ ਗ੍ਰਹਿ ਮੰਤਰਾਲੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਜਾਰੀ ਕੀਤੀ ਗਈ ਸੀ ਜਿਸ ਵਿੱਚ ਇਹ ਕਿ ਦੇਸ਼ ਦੇ ਜ਼ਿਲ੍ਹਿਆਂ ਨੂੰ ਹੌਟਸਪੌਟ ਅਤੇ ਨੌਨ ਹੌਟਸਪੌਟ ਅਤੇ ਗ੍ਰੀਨ ਜ਼ੋਨ ਵਿੱਚ ਵੰਡਿਆ ਗਿਆ ਹੈ ਜੀ ਹੌਟਸਪੌਟ ਜ਼ਿਲ੍ਹੇ ਉਹ ਹਨ ਜਿੱਥੇ ਜ਼ਿਆਦਾ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਮਾਮਲਿਆਂ ਦੇ ਵਧਣ ਦੀ ਗਤੀ ਤੇਜ਼ ਹੈ 170 ਜਿਹੜੇ ਕਿ ਹੌਟਸਪੌਟ ਜ਼ਿਲ੍ਹੇ ਜ਼ਿਆਦਾ ਐਲਾਨੇ ਗਏ ਹਨ ਜੀ ਜਿੱਥੇ ਜਿਗੈਂਤੀ ਘਟ ਹੈ ਉਹ 270 ਹੌਟਸਪੌਟ ਹਨ ਜਿੱਥੇ ਗਿਣਤੀ ਬਿਲਕੁਲ ਨਾ ਮਾਤਰ ਹੈ ਉਹਨਾਂ ਨੂੰ ਗ੍ਰੀਨ ਜ਼ੋਨ ਵਿੱਚ ਰੱਖਿਆ ਗਿਆ ਹੈ ਜੀ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਲੁਧਿਆਣਾ ਵਿੱਚ ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਲਾਇਆ ਧਰਨਾ ਹਾਂਜੀ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਜਿਹੜੇ ਕਿ ਸਥਾਨਕ ਮਜ਼ਦੂਰਾਂ ਨੇ ਇੰਨਾ ਵੱਡਾ ਧਰਨਾ ਲਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਕਿ ਕੋਈ ਵੀ ਰਾਸ਼ਨ ਪਾਣੀ ਹੈ ਤੇ ਕਰ ਕਿਸੇ ਵੀ ਸਰਕਾਰ ਜਾਂ ਸੰਸਥਾ ਵੱਲੋਂ ਮੁਹੱਈਆ ਨਹੀਂ ਕਰਵਾਇਆ ਗਿਆ ਇਸ ਜਿਸ ਦੀ ਵਜ੍ਹਾ ਕਰਨਾ ਉਹਨਾਂ ਵਿੱਚ ਭਾਰੀ ਰੋਸ ਪਾਇਆ ਗਿਆ ਹੈ ਤੇ ਉਹਨਾਂ ਨੇ ਜਿਹੜਾ ਕਿ ਇਸ ਤਰ੍ਹਾਂ ਇੰਨਾ ਵੱਡਾ ਪ੍ਰਦਰਸ਼ਨ ਜਾਰੀ ਕੀਤਾ ਹੈ ਤੇ ਮਜ਼ਦੂਰ ਵਰਗ ਤੇ ਆਗੂਆਂ ਤੋਂ ਵੱਖ-ਵੱਖ ਲੈਸਟਾਂ ਵੀ ਲਈਆਂ ਗਈਆਂ ਹਨ ਤਾਂ ਕਿ ਜਿਹੜਾ ਉਹਨਾਂ ਨੂੰ ਰਾਸ਼ਨ ਪੰਚਾਇਤ ਦੇ ਜਿਹੜਾ ਪਰ ਤੋਂ ਭਰੋਸਾ ਵੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਢੰਡਰੀਆਂ ਵਾਲੇ ਖਿਲਾਫ ਵੀਡੀਓ ਵਾਇਰਲ ਕਰਨ ਦੇ ਦੋਸ਼ਾਂ ਤਹਿਤ ਢਾਡੀ ਜਸਵੀਰ ਸਿੰਘ ਜਿਹੜਾ ਕਿ ਮਾਨ ਉਹ ਚ ਕਿਹਾ ਜੀ ਗ੍ਰਿਫਤਾਰ ਉਹਨਾਂ ਨੂੰ ਹੁਣ 14 ਦਿਨਾਂ ਦੇ ਲਈ ਜਿਹੜਾ ਕਿ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਜੀ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਐਲਾਨਿਆ ਹੌਟਸਪੌਟ ਹਾਂਜੀ ਦੇਸ਼ ਵਿੱਚ ਲਗਾਤਾਰ ਜਿਹੜੇ ਕਿ ਮਹਾਮਾਰੀ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਮਹਾਮਾਰੀ ਖਿਲਾਫ ਜਿਹੜੀ ਕਿ ਲੜਾਈ ਲਗਾਤਾਰ ਦੇਸ਼ ਅਤੇ ਪੂਰੇ ਹੀ ਜਿਹੜੇ ਸੰਸਾਰ ਦੀ جاری ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਮਹਾਮਾਰੀ ਦੇ ਵਧਦੇ ਹੋਏ ਪ੍ਰਕੋਪ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਵੀ ਚੰਡੀਗੜ੍ਹ ਨੂੰ ਜਿਹੜਾ ਕਿ ਹੌਟਸਪੌਟ ਸ਼ਹਿਰ ਵਿੱਚ ਐਲਾਨਿਆ ਗਿਆ ਹੈ ਜੀ ਚੰਡੀਗੜ੍ਹ 170 ਹੌਟਸਪੌਟ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜੀ ਇਸ ਦੌਰਾਨ ਹੁਣ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਕਿਸੇ ਹੋਰ ਐਕਟੀਵਿਟੀਆਂ ਨੂੰ ਚਾਲੂ ਕੀਤਾ ਜਾਵੇਗਾ ਇਹ ਸਭ ਚੰਡੀਗੜ੍ਹ ਵਿੱਚ ਵਾਧ ਰਹੇ ਜਿਹੜੇ ਕਿ ਲਗਾਤਾਰ ਕੇਸਾਂ ਦੇ ਮਾਮਲੇ ਆਉਣ ਨਾਲ ਇਹ ਐਲਾਨ ਜਿਹੜਾ ਕਿ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ ਜੀ ਇਸ ਬਾਰੇ ਆਈਐਸ ਮਨੋਜ ਪਰਿੰਦਾ ਨੇ ਜੇ ਜਾਣਕਾਰੀ ਦਿੰਦੇ ਹੋਏ ਇਹ ਦੱਸਿਆ ਹੈ ਕਿ ਚੰਡੀਗੜ੍ਹ ਨੂੰ ਜਿਹੜਾ ਕਿ ਹੌਟਸਪੌਟ ਵਿੱਚ ਐਲਾਨਿਆ ਗਿਆ ਹੈ ਹੌਟਸਪੌਟ ਇਲਾਕੇ ਉਹ ਹੁੰਦੇ ਹਨ ਜਿੱਥੇ ਕਿ ਜ਼ਿਆਦਾ ਮਾਮਲੇ ਜਿਹੜੇ ਕਿ ਵਾਇਰਸ ਦੇ ਪਾਏ ਜਾਂਦੇ ਹਨ ਉਹਨਾਂ ਦੇ ਕਰਕੇ ਇਸ ਨੂੰ ਐਲਾਨਿਆ ਗਿਆ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਮੰਡੀ ਬੋਰਡ ਵੱਲੋਂ ਕਣਕ ਦੇ ਖਰੀਦਕਾਰਾਂ ਵਿੱਚ ਅੜਿੱਕਾ ਡਾਉਣ ਵਾਲਿਆਂ ਖਿਲਾਫ ਕਾਰਵਾਈ ਦੇ ਹੁਕਮ ਹਾਂਜੀ ਕਣਕ ਦੀ ਖਰੀਦ ਦੇ ਪ੍ਰਬੰਧਾਂ ਵਿੱਚ ਰੁਕਾਵਟ ਪਾਉਣ ਵਾਲਿਆਂ ਦੀ ਧਮਕੀ ਦੇਣ ਵਾਲੇ ਲੋਕਾਂ ਪ੍ਰਤੀ ਸਖਤ ਰੋਖ ਅਪਣਾਉਂਦਾ ਹੈ ਪੰਜਾਬ ਮੰਡੀ ਬੋਰਡ ਨੇ ਬੁੱਧਵਾਰ ਯਾਨੀ ਕਿ ਕੱਲ ਸਾਰੀਆਂ ਹੀ ਸੂਬਾ ਦੀਆਂ ਮਾਰਕੀਟ ਕਮੇਟੀਆਂ ਦੇ ਸਖਤਰਾਂ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਮੰਡੀ ਦੇ ਕਾਰਜਾਂ ਵਿੱਚ ਅੜਿੱਕਾ ਡਾਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆੜਤੀਆਂ ਦੇ ਵੱਲੋਂ ਜਿਹੜਾ ਕਿ ਮੰਡੀਕਰ ਸੀਜ਼ਨ 2021 ਦੇ ਦੌਰਾਨ ਜਿਹੜਾ ਕਿ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ ਤੇ ਜਿਹਦੇ ਕਾਰਨ ਕਿਸੇ ਵੀ ਕੀਮਤ ਵਿੱਚ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਵੇ ਤੇ ਕੋਈ ਵੀ ਅੜਿੱਕਾ ਡਾਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜੀ ਹਾਂਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਨਿੱਜੀ ਯੂਨੀਵਰਸਿਟੀ ਵਿੱਚ ਮੌਜੂਦ 2400 ਵਿਦਿਆਰਥੀ ਸਿਹਤ ਵਿਭਾਗ ਨੇ 70 ਛੱਕਿਆਂ ਦਾ ਕਰਵਾਇਆ ਟੈਸਟ ਹਾਂਜੀ ਸ਼ਹਿਰ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਜਿਸ ਵਿੱਚ ਕੇ ਵਿਦਿਆਰਥੀਨ ਮਹਾਮਾਰੀ ਵੈਸ ਨਾਲ ਪੀੜਤ ਹੈ ਹਜੇ ਵੀ 2400 ਵਿਦਿਆਰਥੀ ਉੱਥੇ ਮੌਜੂਦ ਹਨ ਜਿਨ੍ਹਾਂ ਦੀ ਸੁਰੱਖਿਆ ਅਤੇ ਸਿਹਤ ਲਈ ਵਿਭਾਗ ਨੇ ਟੀਮਾਂ ਤਿਆਰ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਕਿ ਕਰੀਬਨ ਸ਼ੱਕੀ ਪਾਏ ਗਏ 70 ਲੋਕਾਂ ਤੇ ਵਿਦਿਆਰਥੀਆਂ ਦਾ ਜਿਹੜਾ ਕਿ ਟੈਸਟ ਕਰਵਾਏ ਗਏ ਹਨ ਉਹਨਾਂ ਨੂੰ ਮੈਡੀਕਲ ਲੈਬ ਵਿੱਚ ਜਿਹੜਾ ਕਿ ਭੇਜ ਦਿੱਤਾ ਗਿਆ ਹੈ ਜੀ ਅਤੇ ਯੂਨੀਵਰਸਿਟੀ ਵਿੱਚ ਮੌਜੂਦ ਵਿਦਿਆਰਥੀਆਂ ਯੂਨੀਵਰਸਿਟੀ ਸਟਾਫ ਕਰਮਚਾਰੀ ਅਤੇ ਜਿਨ੍ਹਾਂ ਦੀ ਕੁੱਲ ਗਿਣਤੀ 3277 ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਹੁਣ ਤੱਕ 750 ਦੇ ਕਰੀਬ ਲੋਕਾਂ ਦੀ ਜਿਹੜੀ ਕਿ ਮੈਡੀਕਲ ਸਕ੍ਰੀਨਿੰਗ ਕਰਵਾਈ ਗਈ ਚੁੱਕੀ ਹੈ ਜੀ ਏ ਸਨ ਜੀ ਅੱਜ ਦੀਆਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹਰੇਕ ਪੰਜਾਬ ਵਾਸੀ ਤੱਕ ਇਹ ਖਬਰਾਂ ਦੀ ਜਾਣਕਾਰੀ ਪਹੁੰਚ ਸਕੇ ਤੇ ਲਾਸਟ ਵਿੱਚ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਖਬਰਾਂ ਲਈ ਤਦ ਤੱਕ ਲਈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ